ਵਪਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਨੇ ਗਿੱਦੜਬਾਹਾ ਵਿਖੇ ਮਨਦੀਪ ਸਿੰਘ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਖਲ ਕਰਕੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਿਰੁੱਧ ਬਣਦੀ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸ ਪਟੀਸ਼ਨ ਵਿੱਚ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ ਉਹ ਸਿੱਖ ਪਰਿਵਾਰ ਨਾਲ ਸੰਬੰਧ ਰੱਖਦੇ ਨੇ ਅਤੇ ਫਿਰ ਗੀਤ ਵਿੱਚ ਮਾਤਾ ਭਾਗ ਕੌਰ ਜੀ ਦੇ ਨਾਂ ਦੀ ਗਲਤ ਵਰਤੋਂ ਕਰਕੇ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਅਨਮਾਨਯੋਗ ਅਦਾਲਤ ਪਾਸੋਂ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਨੂੰ ਕੋਰਟ ਵਿੱਚ ਤਲਬ ਕੀਤਾ ਜਾਏ ਅਤੇ ਉਸ ਨੂੰ ਸਖ਼ਤ ਸਜ਼ਾ ਦਿੱਤੀ ਜਾਏ। ਸਿੱਧੂ ਮੂਸੇਵਾਲਾ ਦੀ ਮਾਂ ਵੱਲੋਂ ਵੀ ਇਸ ਨੂੰ ਲੈ ਕੇ ਮੁਆਫੀ ਮੰਗੀ ਗਈ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹਾਂਗੀ ਕਿ ਅਸੀਂ ਵੀ ਸਿੱਖ ਧਰਮ ਨੂੰ ਨਾਲ ਹੀ ਸੰਬੰਧਿਤ ਹਾਂ, ਸਿੱਖ ਧਰਮ ਨੂੰ ਮੰਨਦੇ ਹਾਂ ਅਤੇ ਵੀ ਮਤਲਬ ਅਸੀਂ ਸੁਬਹਾ ਸ਼ਾਮ ਪੂਜਾ ਪਾਠ ਵੀ ਕਰਦੇ ਹਾਂਗੇ, ਸ਼ੁਭ ਦੀ ਪਾਪ ਵੀ ਕਰਦਾ ਅਸੀਂ ਵੀ ਕਰਦੇ ਹਾਂ ਅਤੇ ਚਲੋ ਵੀ ਉਹ ਬੇਟੇ ਨੇ ਗਾਣੇ ਦਾ ਸਾਨੂੰ ਜਦੋਂ ਪਤਾ ਲੱਗਿਆ ਬੇਟੇ ਨੇ ਨਾਲ ਦੀ ਨਾਲ ਲਾਈਵ ਹੋ ਕੇ ਮਾਫ਼ੀ ਵੀ ਮੰਗ ਲਈ ਵੀ ਉਹਨੇ ਇਹ ਵੀ ਕਿਹਾ ਗਾ ਵੀ ਜਿਹੜਾ ਇਹਦੇ ਵਿੱਚ ਤੁਹਾਨੂੰ ਕੋਈ ਗਲਤ ਲੱਗਦਾ ਕੋਈ ਹੈ ਨਾ ਵੀ ਉਹ ਅਸੀਂ ਪੈਰੇ ਕੱਟ ਦੇਵਾਂਗੇ। ਬਾਕੀ ਸਰ ਇਹ ਹਜੇ ਅਨਰਿਲੀਜ਼ਡ ਗਾਣਾ ਹੈ, ਇਹ ਤਾਂ ਹਜੇ ਰਿਲੀਜ਼ ਹੋਣਾ ਸੀਗਾ ਅਤੇ ਵੀ ਇਹ ਲੀਕ ਹੋਇਆ ਹੋਇਆ ਗਾਣਾ ਅਤੇ ਜਦੋਂ ਬੱਚੇ ਨੇ ਮਾਫ਼ੀ ਮੰਗ ਲਈ ਅਸੀਂ ਵੀ ਉਹਨਾਂ ਦੀ ਮਾਫ਼ੀ ਮੰਗਦੇ ਹਾਂ, ਅੱਗੇ ਤੋਂ ਕੋਈ ਅਜਿਹਾ ਕੰਮ ਨਹੀਂ ਹੋਊਗਾ। ਪੰਜਾਬੀ ਲੋਕ ਗਾਇਕ ਆਪਣੇ ਆਪ ਨੂੰ ਕਹਾਉਣ ਵਾਲੇ ਸਿੱਧੂ ਮੂਸੇਵਾਲੇ ਨੇ ਮਾਤਾ ਭਾਗ ਕੌਰ ਪ੍ਰਤੀ ਅਪਮਾਨਜਨਕ ਸ਼ਬਦ ਬੋਲਿਆ ਅਤੇ ਉਸ ਤੋਂ ਬਾਅਦ ਉਹਨੇ ਆਪਣੇ ਜਿਹੜੀ ਪਰਸਨਲ ਫੇਸਬੁੱਕ ਪੇਜ 'ਤੇ ਮਾਫ਼ੀ ਵੀ ਮੰਗੀ ਹੈ। ਪਰ ਅਸੀਂ ਪੰਜਾਬ ਸਰਕਾਰ ਤੋਂ, ਪੰਜਾਬ ਪੁਲਿਸ ਤੋਂ ਇਹ ਮੰਗ ਕਰਦੇ ਹਾਂ ਵੀ ਇਸ ਗੰਦੇ ਇਨਸਾਨ ਵਿਰੁੱਧ 295 ਇਹਦਾ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ 'ਚ ਸੁੱਟਿਆ ਜਾਵੇ, ਕਿਉਂਕਿ ਹਰ ਕੋਈ ਇਸ ਤਰ੍ਹਾਂ ਹੀ ਕਰਦਾ ਵੀ ਪਹਿਲਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਆ, ਬਾਅਦ 'ਚ ਮਾਫ਼ੀਆਂ ਮੰਗ ਲੈਂਦੇ ਆ। ਮਿਤੀ 21/9/2019 ਨੂੰ ਜੀ ਮੈਂ ਆਪਣੇ ਘਰ ਤੋਂ ਕਚਹਿਰੀ ਗਿੱਦੜਬਾਹਾ ਆਉਣ ਦੀ ਤਿਆਰੀ ਕਰ ਰਿਹਾ ਸੀ ਤਾਂ ਮੈਂ ਯੂਟਿਊਬ ਔਨ ਕੀਤੀ ਤਾਂ ਉੱਥੇ ਇੱਕ ਗੀਤ ਚੱਲ ਰਿਹਾ ਸੀ ਜੱਟੀ ਜਿਉਣੇ ਮੋੜ ਦੀ ਬੰਦੂਕ ਵਰਗੀ। ਉਹ ਜਦੋਂ 17 ਦੇਖੀਆਂ ਵੀਡੀਓ ਅੱਗੇ ਜਾ ਕੇ ਉਹਦੇ ਵਿੱਚ ਗਾਇਕ ਨੇ ਜਿਹੜੇ ਇਹਨਾਂ ਨੇ ਸਤਿਕਾਰਯੋਗ ਮਾਤਾ ਭਾਗ ਕੌਰ ਜੀ ਬਾਰੇ ਜਿਹੜੇ ਵਰਡ ਯੂਜ਼ ਕੀਤੇ ਨੇ ਉਹਨਾਂ ਦਾ ਨਾਮ ਇੱਥੇ ਜਿਹੜਾ ਮਿਸਯੂਜ਼ ਕੀਤਾ ਇਹਨਾਂ ਨੇ ਤਾਂ ਉਦੋਂ ਮਨ ਨੂੰ ਬੜੀ ਠੇਸ ਪਹੁੰਚੀ ਮੇਰੇ। ਇੱਥੇ ਆ ਕੇ ਮੈਂ ਗਿੱਦੜਬਾਹਾ ਕਚਹਿਰੀ ਵਿੱਚ ਪਹੁੰਚਣ 'ਤੇ ਜਿਹੜੇ ਸਾਥੀ ਐਡਵੋਕੇਟ ਸਾਹਿਬਾਨ ਸਨ ਮੇਰੇ ਨਾਲ, ਉਹਨਾਂ ਨੇ ਵੀ ਜਦੋਂ ਇਹ ਦੇਖੀ ਵੀਡੀਓ ਜਦੋਂ ਮੈਂ ਦਿਖਾਈ ਉਹਨਾਂ ਨੂੰ ਤਾਂ ਸਾਰਿਆਂ ਨੇ ਕਿਹਾ ਕਿ ਇਸ ਤਰੀਕੇ ਨਾਲ ਜਿਹੜਾ ਹੈਗਾ ਨਹੀਂ ਹੋਣਾ ਚਾਹੀਦਾ। ਇੱਕ ਸਤਿਕਾਰਯੋਗ ਮਾਤਾ ਜਿਹੜੇ ਬੜੇ ਵੱਡੇ ਯੋਧੇ ਹੋਏ ਨੇ, ਗੁਰੂ ਸਾਹਿਬ ਦਾ ਸਾਥ ਦਿੱਤਾ ਬੜੀਆਂ ਜੰਗਾਂ ਦੇ ਵਿੱਚ ਮੁਗਲਾਂ ਦੇ ਖਿਲਾਫ ਉਹਨਾਂ ਨੇ, ਉਸ ਸਮੇਂ ਦੇ ਵਿੱਚ ਜਦੋਂ ਕੋਈ ਔਰਤ ਆ ਜਿਹੜੀ ਪਰਦਾ ਨਸ਼ੀਨ ਹੋਇਆ ਕਰਦੀ ਸੀ ਆਪਦੇ ਚੌਂਕੇ ਚੁੱਲ੍ਹੇ ਤੋਂ ਬਾਹਰ ਜਾਣ ਦੀ ਕਿਸੇ ਨੂੰ ਉਸ ਸਮੇਂ ਜਿਹੜੀ ਹੈਗੀ ਆਜ਼ਾਦੀ ਨਹੀਂ ਸੀ, ਉਹਨਾਂ ਸਮਿਆਂ ਦੇ ਵਿੱਚ ਵੀ ਮਾਤਾ ਭਾਗ ਕੌਰ ਨੇ ਜਿਹੜਾ ਮੁਗਲਾਂ ਦੇ ਖਿਲਾਫ ਡਟ ਕੇ ਲੜੇ ਔਰ ਹਜ਼ਾਰਾਂ ਸਿੰਘਣੀਆਂ ਔਰ ਸਿੰਘਾਂ ਦੇ ਜਿਹੜੇ ਉਹ ਪ੍ਰੇਰਣਾ ਸਰੋਤ ਸੀਗੇ, 40 ਮੁਕਤਿਆਂ ਨੂੰ ਵਾਪਸ ਲੈ ਕੇ ਆਉਣ ਦੇ ਵਿੱਚ ਮਾਤਾ ਜੀ ਦਾ ਬੜਾ ਵੱਡਾ ਯੋਗਦਾਨ ਸੀ, ਤਾਂ ਉਹਨਾਂ ਨੂੰ ਇੱਕ ਗਾਣੇ ਦੇ ਵਿੱਚ ਜਿਹੜਾ ਹੈਗਾ ਜੱਟ ਜਿਉਣੇ ਮੋੜ ਦੀ ਬੰਦੂਕ ਵਰਗੀ ਗੱਲ ਆ ਰਹੀ ਹੈ, ਜਿਹੜਾ ਕਰੈਕਟਰ ਉਹਨਾਂ ਨੇ ਪੇਸ਼ ਕੀਤਾ ਉਹਦੇ ਵਿੱਚ ਮਾਤਾ ਭਾਗ ਕੌਰ ਜੀ ਬਾਰੇ ਉਹਨਾਂ ਦਾ ਜਿਹੜਾ ਨਾਮ ਗਲਤ ਇਸਤੇਮਾਲ ਕੀਤਾ ਗਿਆ, ਇਸ ਗੱਲ ਕਰਕੇ ਜਿਹੜਾ ਹੈਗਾ ਬੜਾ ਦੁੱਖ ਹੋਇਆ।